हेलो स्टूडेंट्स वेलकम बैक टू माय YouTube चैनल सो लेट्स स्टार्ट नेक्स्ट क्वेश्चन ऑफ चैप्टर नंबर 4 सो बच्चे 5 मार्क्स ਦਾ ਕੁਸ਼ਚਨ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਦੋ ਇੱਕ ਕੁਸ਼ਚਨ ਅਸੀਂ ਲਾਸਟ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਸੋ ਥਰਡ ਕੁਸ਼ਚਨ ਦੇਖੋ ਆਰਥਿਕ ਅਤੇ ਸਮਾਜਿਕ ਵਿਕਾਸ ਬਾਰੇ ਦੱਸੋ ਇਟ ਮੀਨਸ ਕਿ ਇਕਨੋਮਿਕ ਐਂਡ ਸੋਸ਼ਲ ਡਿਵੈਲਪਮੈਂਟ ਬਾਰੇ ਦੱਸਣਾ ਹੈ ਕਿ ਇਕਨੋਮਿਕ ਡਿਵੈਲਪਮੈਂਟ ਕੀ ਆ ਔਰ ਸੋਸ਼ਲ ਡਿਵੈਲਪਮੈਂਟ ਕੀ ਆ ਸਭ ਤੋਂ ਪਹਿਲਾਂ ਤੁਹਾਨੂੰ ਹਲਕੀ ਫੁਲਕੀ ਡੈਫੀਨੇਸ਼ਨ ਦੇਣੀ ਪਈ ਕਿ ਕੀ ਡਿਵੈਲਪਮੈਂਟ ਕੀ ਚੀਜ਼ ਆ ਡਿਵੈਲਪਮੈਂਟ ਦਾ ਮਤਲਬ ਹੁੰਦਾ ਆ ਕਿ ਤੁਹਾਡੀ ਜਿਹੜਾ ਦੇਸ਼ ਆ ਤੁਹਾਡਾ ਜੋ ਸਟੇਟ ਆ ਉਹ ਕੰਟੀਨਿਊਸਲੀ ਡਿਵੈਲਪ ਕਰ ਰਿਹਾ ਆ ਅੱਗੇ ਵਧ ਰਿਹਾ ਆ ਸੋ ਅੱਗੇ ਵਧਣ ਨੂੰ ਮਤਲਬ ਕਿ ਪੈਸੇ ਵੱਲੋਂ ਵੀ ਅੱਗੇ ਵਧ ਰਿਹਾ ਤੇ ਸੋਸਾਇਟੀ ਵੀ ਉਹਨਾਂ ਦੀ ਡਿਵੈਲਪ ਹੋ ਰਹੀ ਆ ਸੋ ਹੌਲੀ ਹੌਲੀ ਕਹਿੰਦੇ ਸਮਾਜ ਦਾ ਅੱਗੇ ਵਧਣਾ ਵਿਕਾਸ ਹੋਣ ਨੂੰ ਡਿਵੈਲਪਮੈਂਟ ਕਹਿੰਦੇ ਆ ਸੋ ਡਿਵੈਲਪਮੈਂਟ ਬੀਸਿਕਲੀ ਬਚੇ ਦੋ ਤਰ੍ਹਾਂ ਦੀਆਂ ਹੁੰਦੀਆਂ ਆ ਇਕਨੋਮਿਕ ਡਿਵੈਲਪਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਸੋ ਅਸੀਂ ਇੱਕ ਇੱਕ ਕਰਕੇ ਨੂੰ ਡਿਸਕਸ ਕਰਦੇ ਆ ਇਕਨੋਮਿਕ ਵਰਡ ਤੋਂ ਹੀ ਕਲੀਅਰ ਹੋ ਰਿਹਾ ਕਿ ਸੀ ਪੈਸੇ ਦੀ ਗੱਲ ਕਰਨ ਜਾ ਰਿਹਾ ਠੀਕ ਹੈ ਜਦੋਂ ਪੈਸੇ ਵਜੋਂ ਕੋਈ ਸਟੇਟ ਕੋਈ ਕੰਟਰੀ ਜਿਹੜੀ ਆ ਡਿਵੈਲਪ ਹੋ ਜਾਵੇ ਅਮੀਰ ਹੋ ਜਾਵੇ ਉਹਨੂੰ ਅਸੀਂ ਇਕਨੋਮਿਕਲੀ ਸਟਰੋਂਗ ਜਾਂ ਡਿਵੈਲਪ ਕੰਟਰੀ ਕਹਿੰਦੇ ਆ ਫੋਰ ਏਗਜ਼ਾਮਪਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਸਟੂਡੈਂਟਸ ਆ ਮੋਸਟ ਪ੍ਰੋਬੇਬਲੀ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਨੂੰ ਆਫਟਰ ਪਲਸ 2 ਪ੍ਰੈਫਰ ਕਰਦੀ ਆ ਕਿ ਅਸੀਂ ਉਸ ਕੰਟਰੀਜ਼ ਦੇ ਵਿੱਚ ਚੱਲ ਜਾਈਏ ਕਿਉਂ ਕਹਿੰਨੇ ਕਿਉਂਕਿ ਆਲਰੇਡੀ ਉਹ ਡਿਵੈਲਪਡ ਕੰਟਰੀਜ਼ ਆ ਉਹ ਡਿਵੈਲਪ ਹੋ ਚੁੱਕੀਆਂ ਆ ਉੱਥੇ ਦੀ ਕਮਾਈ ਆ ਉੱਥੇ ਦੇ ਪੈਸੇ ਕਹਿ ਲਓ ਵੀ ਹਰ ਇੱਕ ਬੰਦੇ ਨੂੰ ਸਫੀਸ਼ੀਐਂਟਲੀ ਉਹਨਾਂ ਦੇ ਕੰਮ ਦੇ ਪੈਸੇ ਮਿਲਦੇ ਆ ਜਿਹੜੀ ਸਾਡੀ ਇੰਡੀਆ ਆ ਦਿਸ ਇਜ਼ ਅ ਡਿਵੈਲਪਿੰਗ ਕੰਟਰੀ ਡਿਵੈਲਪਿੰਗ ਕੰਟਰੀ ਆ ਮਤਲਬ ਹਲੇ ਡਿਵੈਲਪ ਹੋ ਰਹੀ ਆ ਠੀਕ ਹੈ ਉਹ ਡਿਵੈਲਪਡ ਕੰਟਰੀ ਆ ਉਹ ਜਿਹੜੇ ਕੈਨੇਡਾ ਆ ਅਮਰੀਕਾ ਆ ਇਹ ਡਿਵੈਲਪਡ ਕੰਟਰੀਜ਼ ਦੇ ਵਿੱਚ ਆਉਂਦੇ ਆ ਮਤਲਬ ਇਹਨਾਂ ਦੀ ਤਰੱਕੀ ਹੋ ਚੁੱਕੀ ਆ ਸਾਡਾ ਇੰਡੀਆ ਕੀ ਆ ਡਿਵੈਲਪਿੰਗ ਕੰਟਰੀ ਮਤਲਬ ਹੱਲੇ ਤਰੱਕੀ ਹੋ ਰਹੀ ਆ ਹੁਣ ਚਲੋ ਪੜਦੇ ਆ ਇਕਨੋਮਿਕ ਡਿਵੈਲਪਮੈਂਟ ਕੀ ਆ ਆਰਥਿਕ ਵਿਕਾਸ ਦਾ ਅਰਥ ਹੈ ਸਮਾਜ ਦੇ ਪ੍ਰਤੀ ਵਿਅਕਤੀ ਆਮਦਨ ਦਾ ਵਾਧਾ ਇਹਦਾ ਮਤਲਬ ਜਦੋਂ ਹਰ ਇੱਕ ਪਰਸਨ ਦੀ ਜਿਹੜੀ ਕਮਾਈ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਵੇ ਉਹਨੂੰ ਅਸੀਂ ਕਹਿੰਨੇ ਆ ਇਕਨੋਮਿਕ ਡਿਵੈਲਪਮੈਂਟ ਮੰਨ ਲਓ ਇੱਕ ਬੰਦਾ 40000 ਰੁਪਏ ਕਮਾ ਰਿਹਾ ਹੁਣ ਅਚਾਨਕ ਉਹ 45 ਕਮਾਉਣ ਲੱਗ ਗਿਆ 50 ਕਮਾਉਣ ਲੱਗ ਗਿਆ ਜਿਹੜਾ ਬੰਦਾ ਪਹਿਲਾਂ 5000 ਕਮਾ ਰਿਹਾ ਸੀ ਹੁਣ ਉਹ ਅਚਾਨਕ 7 ਜਾਂ 8000 ਕਮਾਉਣ ਲੱਗ ਗਿਆ ਜਿਹੜਾ 10000 ਕਮਾਉਂਦਾ ਸੀ ਉਹ ਅਚਾਨਕ 15 ਜਾਂ 16 ਕਮਾਉਣਾ ਸ਼ੁਰੂ ਕਰ ਦਿੱਤਾ ਇਹਦਾ ਮਤਲਬ ਹਰ ਇੱਕ ਵਿਅਕਤੀ ਦੀ ਆਮਦਨ ਦੇ ਵਿੱਚ ਜਦੋਂ ਵਾਧਾ ਹੋਣਾ ਸ਼ੁਰੂ ਹੋ ਜਵੇ ਇਹਦਾ ਮਤਲਬ ਤੁਹਾਡਾ ਸਟੇਟ ਤੁਹਾਡੀ ਕੰਟਰੀ ਹੈ ਜਿਹੜੀ ਡਿਵੈਲਪ ਕਰ ਰਹੀ ਹੈ ਤਾਂ ਹੀ ਤੁਹਾਨੂੰ ਤਨਖਾਹ ਵੱਡੀ ਮਿਲਦੀ ਪਈ ਹੈ ਠੀਕ ਹੈ ਅੱਗੇ ਦੇਖੋ ਅਰਥ ਵਿਵਸਥਾ ਦੇ ਲਈ ਮੁੱਖ ਰੂਪ ਵਿੱਚ ਬਹੁਤ ਸਾਰੇ ਜਿਹੜੀਆਂ ਵਸਤੂਆਂ ਆयां ਉਹ ਕੰਮ ਆਂਦੀਆਂ ਜਿਵੇਂ ਕਿ ਤੁਹਾਡੀ ਖੇਤੀਬਾੜੀ ਮੱਛੀ ਪਾਲਣ ਇਹ ਸਾਰੇ ਹੀ ਡਿਵੈਲਪਮੈਂਟ ਦਾ ਇੱਕ ਮੇਨ ਪਾਰਟ ਆ ਠੀਕ ਹੈ ਜਿੰਨੀ ਜ਼ਿਆਦਾ ਕੰਟਰੀ ਡਿਵੈਲਪ ਹੋਏਗੀ ਬੱਚੇ ਉੱਥੇ ਦਾ ਬਿਜ਼ਨਸ ਵੀ ਉਨਾ ਜ਼ਿਆਦਾ ਹੋਏਗਾ ਠੀਕ ਹੈ ਨੈਕਸਟ ਦੇਖੋ ਵਿਕਾਸ ਦੀਆਂ ਜ਼ਰੂਰਤ ਇਕਨੋਮਿਕ ਡਿਵੈਲਪਮੈਂਟ ਨੈਸੈਸਰੀ ਬੱਚੇ ਨੇਸੈਸਰੀ ਮਤਲਬ ਜ਼ਰੂਰਤ ਕਿਉਂ ਆ ਸਾਨੂੰ ਕਿਉਂ ਜ਼ਰੂਰਤ ਆ ਕਿ ਪੈਸੇ ਵੱਜੋਂ ਸਾਡੀ ਜਿਹੜੀ ਸਟੇਟ ਆ ਸਾਡਾ ਜਿਹੜੀ ਕੰਟਰੀ ਆ ਉਹ ਡਿਵੈਲਪ ਹੋਣੀ ਚਾਹੀਦੀ ਆ ਨੰਬਰ 1 ਲੋਕਾਂ ਦੇ ਰਹਿਣ ਸਹਿਣ ਦੇ ਵਾਅਦਾ ਕਰਨ ਦੇ ਲਈ ਹੁਣ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਫੋਰਨ ਕੰਟਰੀਜ਼ ਦੇ ਵਿੱਚ ਹੁੰਦੇ ਆ ਮੋਸਟ ਪ੍ਰੋਬੇਬਲੀ ਉਹਨਾਂ ਤੋਂ ਆਪਣਾ ਘਰ ਹੁੰਦਾ ਹੈ ਆਪਣੀਆਂ ਕਾਰਾਂ ਹੁੰਦੀਆਂ ਆ ਉਹਨਾਂ ਦੇ ਹੱਥ ਵਿੱਚ ਵੱਡੇ ਵੱਡੇ ਫੋਨ ਹੁੰਦੇ ਆ ਜਿਨ੍ਹਾਂ ਨੂੰ ਦੇਖ ਕੇ ਅਸੀਂ ਅਟਰੈਕਟ ਹੁੰਨੇ ਆ ਕਿ ਕਾਸ਼ ਸਾਡੇ ਕੋ ਵੀ ਆ ਚੀਜ਼ਾਂ ਹੋਣ ਸਾਡਾ ਵੀ ਪਹਿਰਾਵਾ ਉਹਨਾਂ ਵਰਗਾ ਹੋਵੇ ਸਾਡੇ ਵੀ ਬਾਲ ਉਹਨਾਂ ਵਰਗੇ ਹੋਣ ਸੋ ਉਹਨਾਂ ਦੇ ਵੱਲ ਦੇਖ ਕੇ ਉਹਨਾਂ ਦਾ ਖਾਣਾ ਪੀਣਾ ਉਹਨਾਂ ਦਾ ਪਹਿਰਾਵਾ ਦੇਖ ਕੇ ਅਸੀਂ ਅਟਰੈਕਟ ਹੁੰਦੇ ਆ ਕਿ ਸਾਡਾ ਵੀ ਪਹਿਰਾਵਾ ਉਨਾ ਹੀ ਵਧੀਆ ਹੋਵੇ ਇਹਦਾ ਮਤਲਬ ਲੋਕਾਂ ਦੇ ਰਹਿਣ ਸਹਿਣ ਵਿੱਚ ਵਾਧਾ ਹੁੰਦਾ ਅਗਰ ਤੁਸੀਂ ਇਕਨੋਮਿਕਲੀ ਪੈਸੇ ਵਜੋ ਅਗਰ ਸਟਰੋਂਗ ਆ ਤੁਹਾਡੇ ਰਹਿਣ ਸਹਿਣ ਦਾ ਸਭ ਤੋਂ ਪਹਿਲਾਂ ਫਰਕ ਪੈਂਦਾ ਦੂਸਰਾ ਕੌਣ ਆ ਸਮਾਜ ਦੇ ਬੱਚੇ ਸੈਕੰਡ ਆ ਕੀ ਜੜੀ ਸਾਡੀ ਸੁਸਾਇਟੀ ਆ ਉਹਦੇ ਵਿੱਚ ਸੁਧਾਰ ਲਿਆਣਾ ਉਹਦਾ ਵੀ ਡਿਵੈਲਪ ਹੋਣਾ ਠੀਕ ਹੈ ਮੰਨ ਲਓ ਅਸੀਂ ਜਿਸ ਸੁਸਾਇਟੀ ਦੇ ਅੰਦਰ ਰਹਿ ਰਹਿਆਂ ਮੰਨ ਲਓ ਤੁਸੀਂ ਜਿਸ ਗਲੀ ਦੇ ਅੰਦਰ ਰਹਿ ਰਹਿਆਂ ਸਿਰਫ ਤੁਹਾਡਾ ਘਰ ਚੰਗਾ ਆ ਬਾਕੀ ਹੋਰ ਕਿਸੇ ਦਾ ਘਰ ਨਹੀਂ ਚੰਗਾ ਇਹਦਾ ਮਤਲਬ ਸਾਨੂੰ ਉੱਥੇ ਕਹਿ ਲਓ ਕਿ ਗਲੀਆਂ ਦੇ ਵਿੱਚ ਸੀਵਰੇਜ ਦੀ ਪ੍ਰੋਬਲਮ ਆ ਰਹੀ ਆ ਰੋਲੇ ਰੱਪੇ ਦੀ ਪ੍ਰੋਬਲਮ ਆ ਰਹੀ ਆ ਲੋਕਾਂ ਨੂੰ ਕਹਿ ਲਓ ਉਹਨਾਂ ਦੀ ਬੋਲਣ ਦੀ ਜੋ ਸੈਂਸ ਆ ਉਹ ਇੰਨੀ ਅੱਛੀ ਨਹੀਂ ਆ ਸਾਨੂੰ ਉਹਦੀ ਪ੍ਰੋਬਲਮ ਆ ਰਹੀ ਆ ਸੋ ਇਕਨੋਮਿਕਲੀ ਡਿਵੈਲਪ ਅਗਰ ਕੰਟਰੀ ਹੋਏਗੀ ਸਟੇਟ ਹੋਏਗੀ ਇਹਦਾ ਮਤਲਬ ਕੱਲਾ-ਕੱਲਾ ਘਰ ਇੱਕ ਵਧੀਆ ਘਰ ਹੋਏਗਾ ਸਭ ਦੇ ਘਰ ਪੱਕੇ ਹੋਣਗੇ ਉਹਨਾਂ ਦੀਆਂ ਸੜਕਾਂ ਨਹਿਰਾਂ ਨਦੀਆਂ ਜਿਹੜੀਆਂ ਪੱਕੀਆਂ ਹੋਣਗੀਆਂ ਜਿਹੜਾ ਤੁਹਾਡਾ এনवायरमेंट ਆ ਉਹ ਬਿਲਕੁਲ ਨੀਟ ਐਂਡ ਕਲੀਨ ਹੋਏਗਾ ਸੋ ਇਹਦੇ ਨਾਲ ਪੈਸੇ ਵੱਜੋ ਜਦੋਂ ਤੁਸੀਂ ਕਹਿ ਲੋ ਇੰਪਰੂਵ ਕਰਦੇ ਆ ਸਭ ਤੋਂ ਪਹਿਲਾ ਬੰਦਾ ਆਪਣੇ ਆਪ ਨੂੰ ਇੰਪਰੂਵ ਕਰਦਾ ਆਪਣਾ ਰਖ ਰਹਿਣਾ ਸਹਿਣਾ ਆਪਣਾ ਖਾਣਾ ਪੀਣਾ ਇੰਪਰੂਵ ਕਰਦਾ ਦੂਸਰੇ ਨੰਬਰ ਤੇ ਆਪਣੇ ਘਰ ਨੂੰ ਇੰਪਰੂਵ ਕਰਦਾ ਤੀਸਰੇ ਨੰਬਰ ਤੇ ਆਪਣੀ ਸੋਸਾਇਟੀ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰਦਾ ਠੀਕ ਹੈ ਸੋ ਇਹਨਾਂ ਚੀਜ਼ਾਂ ਤੇ ਕਿਹੜੇ ਕਿਹੜੇ ਫੈਕਟਰਸ ਤੇ ਡਿਪੈਂਡ ਕਰਦੀ ਆ ਇਕਨੋਮਿਕਲ ਡਿਵੈਲਪਮੈਂਟ ਕਿਹੜੇ ਕਿਹੜੇ ਫੈਕਟਰਸ ਤੇ ਡਿਪੈਂਡ ਕਰਦੀ ਆ ਨੰਬਰ 1 ਦ ਅ ਟੋਟਲ ਏਰੀਆ ਆਫ ਦ ਕੰਟਰੀ ਕੰਟਰੀ ਦਾ ਏਰੀਆ ਕਿੰਨਾ ਕਾ ਬੱਚੇ ਜਿੰਨਾ ਜ਼ਿਆਦਾ ਵੱਡਾ ਦੇਸ਼ ਹੋਏਗਾ ਉਹਨੂੰ ਸੰਭਾਲਣਾ ਉੰਨਾ ਜ਼ਿਆਦਾ ਔਖਾ ਹੋਏਗਾ ਜਿੰਨਾ ਸਾਡਾ ਏਰੀਆ ਛੋਟਾ ਹੋਏਗਾ ਸਟੇਟਸ ਘੱਟ ਹੋਣਗੀਆਂ ਲੋਕ ਘੱਟ ਹੋਣਗੇ ਉਹਨਾਂ ਨੂੰ ਸੰਭਾਲਣਾ ਉੰਨਾ ਸੌਖਾ ਹੋਏਗਾ ਸੈਕੰਡ ਕੀਆ ਦ ਸਾਈਜ਼ ਐਂਡ ਦ ਰੇਟ ਆਫ ਪੋਪੂਲੇਸ਼ਨ ਗ੍ਰੋਥ ਹੁਣ ਪੋਪੂਲੇਸ਼ਨ ਕਿੰਨੀ ਕਾ ਮੰਨ ਲਓ ਇੱਕ ਘਰ ਦੇ ਵਿੱਚ ਹਰ ਇੱਕ ਦੇ ਇੱਕ ਇੱਕ ਬੱਚਾ ਆ ਜਾਂ ਦੋ ਦੋ ਬੱਚੇ ਆ ਸੋ ਉਹਨਾਂ ਨੂੰ ਐਜੂਕੇਟ ਕਰਨਾ ਉਹਨਾਂ ਦੀ ਦੇਖ ਰੇਠ ਕਰਨਾ ਉਹਨਾਂ ਦੀ ਹੈਲਥ ਇਸ਼ੂਜ਼ ਨੂੰ ਦੇਖਣਾ ਉਹ ਸਾਡੇ ਲਈ ਸੌਖਾ ਆ ਅਗਰ ਇੱਕ ਇੱਕ ਘਰ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਹੱਲੇ ਵੀ ਇਦਾਂ ਦੇ ਬਹੁਤ ਸਾਰੀਆਂ ਫੈਮਲੀਆਂ ਆ ਜਿਨ੍ਹਾਂ ਦੇ ਇੱਕ ਇੱਕ ਘਰ ਵਿੱਚ 10-10 ਬੱਚੇ ਵੀ ਆ ਆਪਣਾ ਪੰਜਾਬ ਬੱਚੇ ਕਾਫੀ ਸੁਧਰ ਚੁੱਕਾ ਆ ਬਟ ਹੱਲੇ ਵੀ ਬਹੁਤ ਸਾਰੀਆਂ ਸਟੇਟਸ ਲਈਕਰ ਰਾਜਸਥਾਨ ਬਿਹਾਰ ਯੂਪੀ ਚਾਰਖੰਡ ਇੱਥੇ ਹੱਲੇ ਵੀ ਬੱਚੇ ਇਹ ਚੀਜ਼ ਦੇਖੀ ਜਾਂਦੀ ਆ ਕਿ ਇੱਕ ਇੱਕ ਫੈਮਲੀਆਂ ਦੇ ਵਿੱਚ 5-5 6-6 ਬੱਚੇ ਹੁੰਦੇ ਆ ਸੋ ਇਹਦਾ ਮਤਲਬ ਉੱਥੇ ਹੈਲਥ ਇਸ਼ੂਜ਼ ਕਰੀਏਟ ਹੁੰਦੀਆਂ ਆ ਉਥੇ ਹਸਪੀਟਲਸ ਦੀ ਪ੍ਰੋਬਲਮ ਆਂਦੀ ਆ ਉਥੇ ਐਜੂਕੇਸ਼ਨ ਦੀ ਪ੍ਰੋਬਲਮ ਆਂਦੀ ਆ ਸੋ ਉਹਨਾਂ ਨੂੰ ਹੈਂਡਲ ਕਰਨਾ ਉਨਾ ਹੀ ਡਿਫਿਕਲਟ ਹੁੰਦਾ ਸੋ ਉਥੇ ਜਿਹੜਾ ਆ ਇਕਨੋਮਿਕ ਫੈਕਟਰ ਸਾਡੇ ਫੇਲ ਹੋ ਜਾਂਦੇ ਆ ਨੈਕਸਟ ਦੇਖੋ ਅਵੇਲੇਬਿਲਟੀ ਆਫ ਅ ਨੈਚੁਰਲ ਰਿਸੋਰਸਸ ਬੱਚੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿ ਸਾਡੇ ਨੈਚੁਰਲ ਰਿਸੋਰਸਸ ਕਿੱਦਾਂ ਦੇ ਆ ਨੈਚੁਰਲ ਰਿਸੋਰਸਸ ਇਨ ਦਾ ਸੈਂਸ ਕਿ ਅਸੀਂ ਪਾਣੀ ਤੋਂ ਕਿੰਨਾ ਕੰਮ ਲੈ ਰਹੇ ਆਂ ਸਾਨੂੰ ਪਾਣੀ ਸਾਡੇ ਕੋਲ ਕਿੰਨਾ ਕ ਜਿਹੜੇ ਆ ਲੋਹਾ ਪੈਟਰੋਲੀਅਮ ਕੋਲਾਇਆ ਇਹ ਸਾਰਾ ਨੇਚਰਲ ਰਿਸੋਰਸਸ ਆ ਠੀਕ ਆ ਇਹਨਾਂ ਦੀ ਇਹਨਾਂ ਤੋਂ ਅਸੀਂ ਕਿੰਨਾ ਕਿ ਡਿਵੈਲਪ ਹੋ ਰਹੇ ਆ ਨੈਕਸਟ ਆ ਪਰ ਕੈਪਟਾ ਇਨਕਮ ਰੋਜ਼ਗਾਰ ਪ੍ਰਤੀ ਆਮ ਪਰਸਨ ਦੀ ਕਹ ਲੋ ਆਮਦਨ ਹਰ ਇੱਕ ਬੰਦੇ ਦੀ ਆਮਦਨ ਕਿੰਨੀ ਕਾ ਇੱਤੇ ਵੀ ਡਿਪੈਂਡ ਕਰਦਾ ਤੁਹਾਡੇ ਇਕਨੋਮਿਕਲ ਡਿਵੈਲਪਮੈਂਟ ਚਿੰਜਸ ਆਫ এমਪਲੋਇਮੈਂਟ ਠੀਕ ਹੈ ਚਾਂਸਸ ਆਫ এমਪਲੋਇਮੈਂਟ ਦਾ ਮਤਲਬ ਕੀ ਆ ਬੱਚੇ ਤੁਹਾਨੂੰ এমਪਲੋਇਮੈਂਟ ਕਿੰਨੀ ਕ ਮਿਲਦੀ ਆ ਹੁਣ ਤੁਸੀਂ ਬਹੁਤ ਵਾਰੀ ਸੁਣਿਆ ਹੋਣਾ ਆ ਅੱਜ ਕੱਲ ਦੀ ਜਨਰੇਸ਼ਨ ਦੇ ਮੂੰਹੋਂ ਕਿ ਆਪਣੀ ਤਾਂ ਇੰਡੀਆ ਦੇ ਵਿੱਚ ਇੰਨੀ ਨੌਕਰੀ ਨਹੀਂ ਹੈਗੀ ਆ ਸਾਨੂੰ ਬਾਹਰ ਜਾਣਾ ਚਾਹੀਦਾ ਆ ਠੀਕ ਹੈ ਇੱਥੇ ਸੋਰਸ ਆਫ ਇਨਕਮ ਘਟਾ ਇੱਥੇ ਜੌਬਸ ਘਟੇ ਇੱਥੇ ਗਵਰਨਮੈਂਟ ਜੌਬਸ ਘਟੇ ਸੋ ਸਾਰੀ ਜਿਹੜੀਆਂ ਚੀਜ਼ਾਂ ਆ ਬੱਚੇ ਚਾਂਸਸ ਆਫ এমਪਲੋਇਮੈਂਟ ਵੀ ਤੁਹਾਨੂੰ ਨੌਕਰੀ ਮਿਲਣ ਦੇ ਕਿੰਨੇ ਕ ਚਾਂਸ ਆ ਇੱਤੇ ਵੀ ਡਿਪੈਂਡ ਕਰਦਾ ਨੈਕਸਟ ਆਜੋ ਰੇਸਲ ਕੰਪੋਜੀਸ਼ਨ ਆਫ ਦਾ ਪੀਪਲ ਇਹਦਾ ਮਤਲਬ ਜਾਤੀ ਲੋਕਾਂ ਦੀ ਕਹਿ ਲੋ ਵੀ ਜਾਤ ਪਾਤ ਦੇ ਹੋਣਾ ਠੀਕ ਹੈ ਕਿ ਧਰਮ ਦੇ ਨਾਲ ਤੇ ਇਹ ਸਾਰੀਆਂ ਚੀਜ਼ਾਂ ਲੈਂਡ ਟੂ ਮੈਨ ਰੇਸ਼ੋ ਇੱਕ ਲੈਂਡ ਦੇ ਉੱਪਰ ਕਿੰਨੇ ਆਦਮੀ ਰਹਿ ਰਿਹਾ ਕਿੰਨੇ ਜਿਹੜੇ ਆ ਮੈਨ ਰਹਿ ਰਿਹਾ ਉਹ ਤੇ ਵੀ ਡਿਪੈਂਡ ਕਰਦਾ ਲਾਸਟ ਆ ਇਕਨੋਮਿਕ ਸਟੇਟ ਆਫ ਕੰਟਰੀ ਠੀਕ ਹੈ ਇੱਕ ਸਟੇਟ ਕਿੰਨਾ ਕੁ ਤਕੜਾ ਆ ਫੋਰ ਏਗਜ਼ਾਮਪਲ ਸਾਨੂੰ ਪਤਾ ਸਾਡਾ ਜਿਹੜਾ ਪੰਜਾਬ ਆ ਉਹ ਇਕਨੋਮਿਕਲੀ ਸਟਰੋਂਗ ਹੈ ਐਸ ਕੰਪੈਰੀਟਿਵ ਟੂ ਦਾ ਅਦਰ ਸਟੇਟਸ ਠੀਕ ਆ ਸੋ ਸਟੇਟ ਤੇ ਵੀ ਡਿਪੈਂਡ ਕਰਦਾ ਆ ਇਕਨੋਮਿਕਲੀ ਸੋ ਹੁਣ ਤੁਹਾਨੂੰ ਪਤਾ ਜਿੱਦਾਂ ਸਾਡਾ ਪੰਜਾਬ ਬਾਕੀਆਂ ਸਟੇਟਸ ਨਾਲੋਂ ਅਮੀਰ ਆ ਤਕੜਾ ਆ ਠੀਕ ਹੈ ਸੋ ਇਸ ਕਰਕੇ ਇਹਦੀ ਕੰਡੀਸ਼ਨ ਬਾਕੀ ਸਟੇਟਸ ਨਾਲੋਂ ਬੈਟਰ ਆ ਇੱਥੇ ਕੰਮ ਵੀ ਮਿਲਦਾ ਆ ਇੱਥੇ ਇਦਾਂ ਦਾ ਕੋਈ ਨਹੀਂ ਹੈਗਾ ਕਿ ਉਹ ਭੁੱਖਾ ਮਰਦਾ ਹੋਵੇ ਜਾਂ ਉਹਨਾਂ ਤੋਂ ਰੋਟੀ ਕੱਪੜਾ ਮਕਾਨ ਨਾ ਹੋਵੇ ਪੰਜਾਬ ਦੇ ਹਰ ਇੱਕ ਘਰ ਦੇ ਵਿੱਚ ਰੋਟੀ ਕੱਪੜਾ ਮਕਾਨ ਨਾਮ ਦੀ ਚੀਜ਼ ਜ਼ਰੂਰ ਆ ਇਦਾਂ ਕਦੇ ਨਹੀਂ ਹੁੰਦਾ ਪੰਜਾਬ ਦੇ ਵਿੱਚ ਕਿ ਕੋਈ ਭੁੱਖਾ ਮਰ ਰਿਹਾ ਹੋਵੇ ਗਰੀਬ ਤੋਂ ਗਰੀਬ ਬੰਦੇ ਕੋਲ ਵੀ ਘਰ ਆ ਰੋਟੀ ਆ ਪਾਣ ਦੇ ਲਈ ਕੱਪੜਾ ਆ ਸੋ ਸਾਡੇ ਪੰਜਾਬ ਚ ਇਹ ਕਹਿ ਸਕਦੇ ਆ ਕਿ ਅਸੀਂ ਇਕਨੋਮਿਕਲੀ ਡਿਵੈਲਪ ਆ ਨੈਕਸਟ ਦੇਖੋ ਸੋਸ਼ਲ ਡਿਵੈਲਪਮੈਂਟ ਹੁਣ ਸੋਸ਼ਲ ਡਿਵੈਲਪਮੈਂਟ ਕੀ ਆ ਬੱਚੇ ਕੀ ਸਾਨੂੰ ਸਮਾਜਿਕ ਵਿਕਾਸ ਸਾਡਾ ਵਿਕਾਸ ਕਿੱਥੋਂ ਹੋਏਗਾ ਸੋਸਾਇਟੀ ਤੋਂ ਸੋਸਾਇਟੀ ਦੇ ਵਿੱਚ ਕੀ ਕੀ ਚੀਜ਼ਾਂ ਆ ਜਾਂਦੀਆਂ ਆ ਤੁਸੀਂ ਕਿੱਦਾਂ ਦੀ ਏਰੀਆ ਦੇ ਵਿੱਚ ਰਹਿ ਰਹੇ ਆ ਤੁਹਾਡੇ ਹਸਪੀਟਲ ਤੁਹਾਡੇ ਜਿਹੜੀ ਹੈਲਥ ਡਿਪਾਰਟਮੈਂਟ ਆ ਉਹ ਕਿੱਦਾਂ ਦਾ ਆ ਠੀਕ ਹੈ ਤੁਹਾਡੀ ਜਿਹੜੀ ਸਟੇਟ ਆ ਕੀ ਉਹਦੇ ਵਿੱਚ ਆਦਮੀ ਔਰ ਔਰਤਾਂ ਨੂੰ ਬਰਾਬਰ ਮੰਨਿਆ ਜਾ ਰਿਹਾ ਇਹ ਨਾ ਹੋਵੇ ਕਿ ਲੇਡੀਜ਼ ਨੂੰ ਕਹਿ ਲੋ ਬੱਚਿਆਂ ਨੂੰ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਆ ਠੀਕ ਆ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੋ ਬਚਪਨ ਦੀ ਵਿਆਹ ਕਰ ਦੇਣਾ ਠੀਕ ਆ ਮੈਰਿਜ ਕਰ ਦੇਣਾ ਉਹ ਵੀ ਨਹੀਂ ਹੋਣੀ ਚਾਹੀਦੀ ਲੇਬਰ ਕਹਿ ਲੋ ਚਾਈਲਡ ਲੇਬਰ ਵਗੈਰਾ ਵੀ ਨਹੀਂ ਹੋਣੀ ਚਾਹੀਦੀ ਇਹ ਸਾਰੇ ਪਾੜ ਬੱਚੇ ਸੋਸ਼ਲ ਡਿਵੈਲਪਮੈਂਟ ਦੇ ਅੰਦਰ ਆ ਜਾਂਦੇ ਆ ਅਗਰ ਤੁਹਾਡੀ ਸੁਸਾਇਟੀ ਡਿਵੈਲਪਡ ਸੁਸਾਇਟੀ ਹੋਏਗੀ ਐਜੂਕੇਟਿਡ ਸੋਸਾਇਟੀ ਹੋਏਗੀ ਸੋ ਇਹ ਸਾਰੀਆਂ ਚੀਜ਼ਾਂ ਰਿਮੂਵ ਹੋ ਜਾਣਗੀਆਂ ਹੌਲੀ ਹੌਲੀ ਸੋ ਕਿਹੜੀ-ਕਿਹੜੀਆਂ ਚੀਜ਼ਾਂ ਹੈ ਨੰਬਰ 1 ਜੀਵਨ ਦੀ ਲੰਬਾਈ ਲੰਬਾਈ ਮਤਲਬ ਲੋਕ ਕਿੰਨਾ ਕੁ ਟਾਈਮ ਜੀ ਰਹੇ ਆ ਠੀਕ ਹੈ ਸੈਕਿੰਡ ਚੰਗੀ ਸਿਹਤ ਤੇ ਡਾਕਟਰੀ ਮਦਦ ਅਗਰ ਤੁਹਾਡਾ ਸਟੇਟ ਬੱਚੇ ਇਕਨੋਮਿਕਲੀ ਕਹਿ ਲਓ ਸਟਰੋਂਗ ਹੋਏਗਾ ਤਾਂ ਹੀ ਉਹਨਾਂ ਦੀ ਸੋਸ਼ਲ ਡਿਵੈਲਪਮੈਂਟ ਹੋਏਗੀ ਤਾਂ ਹੀ ਉੱਥੇ ਪੜ੍ਹੇ ਲਿਖੇ ਲੋਕ ਹੋਣਗੇ ਪੜ੍ਹੇ ਲਿਖੇ ਲੋਕ ਹੋਣਗੇ ਤਾਂ ਡਾਕਟਰਸ ਹੋਣਗੇ ਡਾਕਟਰ ਹੋਣਗੇ ਤਾਂ ਹਸਪੀਟਲਸ ਹੋਣਗੇ ਠੀਕ ਹੈ ਅੱਗੇ ਕੀ ਆ ਔਰਤਾਂ ਤੇ ਮਰਦਾਂ ਵਿੱਚ ਇੱਕੋ ਜਿਹਾ ਰੁਤਬਾ ਵੀ ਦੋਨਾਂ ਨੂੰ ਇਕੁਅਲ ਮੰਨ ਕੇ ਚੱਲਣਾ ਫਾਰ ਇਗਜ਼ਾਮਪਲ ਜਿਦਾ ਹੁਣ ਸਾਡਾ ਬੱਚੇ ਪੰਜਾਬ ਆ ਪੰਜਾਬ ਦੇ ਵਿੱਚ ਤੁਹਾਨੂੰ ਤੁਸੀਂ ਕਿਸੇ ਹਸਪੀਟਲ ਦੇ ਅੰਦਰ ਜਾਣਾ ਹਸਪੀਟਲ ਦੇ ਵਿੱਚ ਲਿਖਿਆ ਹੁੰਦਾ ਆ ਕਿ ਇੱਥੇ ਜਿਹੜਾ ਆ ਸੈਕਸ ਚੈਕਿੰਗ ਨਹੀਂ ਹੁੰਦੀ ਹੈਗੀ ਠੀਕ ਹੈ ਮਤਲਬ ਕਿ ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਆ ਤਾਂ ਉਹਨਾਂ ਦੇ ਅੰਦਰ ਜੋ ਬੇਬੀ ਆ ਉਹ ਅਸੀਂ ਨਹੀਂ ਪਤਾ ਲਗਾ ਸਕਦੇ ਕਿ ਉਹ ਬੇਬੀ ਬॉय ਆ ਕਿ ਬੇਬੀ ਗਰਲ ਆ ਸੋ ਇੱਥੇ ਜਿਹੜਾ ਆ ਇਸ ਚੀਜ਼ ਨੂੰ ਬਿਲਕੁਲ ਬੰਦ ਕੀਤਾ ਹੋਇਆ ਜਿਹੜਾ ਇਹ ਕਹਿ ਸਕਦੇ ਆ ਕਿ ਕੁੜੀਆਂ ਨੂੰ ਮਾਰਨ ਦਾ ਹੁਣ ਪਹਿਲਾਂ ਕੀ ਹੁੰਦਾ ਸੀ ਲੋਕ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਮਾਰ ਦਿੰਦੇ ਹੁੰਦੇ ਸੀ ਹੁਣ ਉਹ ਚੀਜ਼ ਕਾਫੀ ਇੱਥੇ ਰਿਮੂਵ ਹੋ ਚੁੱਕੀ ਆ ਇੱਥੇ ਹੁਣ ਇਹ ਚੀਜ਼ ਰਿਡਿਊਸ ਹੋ ਚੁੱਕੀ ਆ ਠੀਕ ਹੈ ਨੈਕਸਟ ਆਜੋ ਬਾਲ ਵਿਆਹ ਦਾ ਅੰਤ ਹੁਣ ਆਪਣੀ ਤਾਂ ਬੱਚੇ ਪੰਜਾਬ ਬਹੁਤ ਡਿਵੈਲਪਡ ਹੈ ਸੋ ਇੱਥੇ ਹੁਣ ਬਾਲ ਵਿਆਹ 18 ਸਾਲ ਤੋਂ ਘੱਟ ਵਿਆਹ ਹੋ ਹੀ ਨਹੀਂ ਸਕਦਾ ਕਿਉਂਕਿ ਕਾਨੂੰਨ ਬਣਿਆ ਹੋਇਆ ਆ ਨੈਕਸਟ ਆਜੋ ਬਾਲ ਮਜ਼ਦੂਰੀ ਦਾ ਅੰਤ ਹੱਲੇ ਵੀ ਆਪਾਂ ਕਾਫੀ ਜਗ੍ਹਾ ਤੇ ਦੇਖਦੇ ਹਾਂ ਕਿ ਛੋਟੇ ਬੱਚੇ ਕੰਮ ਕਰ ਰਹੇ ਹੁੰਦੇ ਆ ਬਟ ਬਾਈ ਜਾਂਸ ਉਹਨਾਂ ਦੀ ਕੋਈ ਕੰਪਲੇਂਟ ਕਰ ਦਿੰਦਾ ਆ ਤਾਂ ਇੱਥੇ ਸਜ਼ਾ ਹੁੰਦੀ ਆ ਸੋ ਆਪਣੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਸ ਚੀਜ਼ ਨੂੰ ਵੀ ਕਾਫੀ ਹੱਦ ਤੱਕ ਘਟਾ ਦਿੱਤਾ ਗਿਆ ਆ ਲਾਸਟ ਆ ਜਾਂਦਾ ਆ ਇਕੁਅਲ ਰਾਈਟਸ ਐਂਡ ਅਪਰਚੂਨਿਟੀਆਂ ਸਭ ਨੂੰ ਇਕੁਅਲੀ ਰਾਈਟਸ ਮਤਲਬ ਸਾਰਿਆਂ ਨੂੰ ਇਕੁਅਲ ਜੇ ਅਧਿਕਾਰ ਆ ਕਿਸੇ ਨੂੰ ਕਾਸਟ ਰਿਲੀਜੀਅਨ ਜਾਂ ਕਲਰ ਦੇ ਬੇਸ ਤੇ ਜੌਬਸ ਨਹੀਂ ਮਿਲਦੀਆਂ ਤੁਸੀਂ ਚਾਹੇ ਕੁੜੀਆਂ ਚਾਹੇ ਮੁੰਡਾ ਆ ਤੁਸੀਂ ਚਾਹੇ ਕਹਿ ਲੋ ਕਿਸੇ ਕਾਸਟ ਦੇ ਆ ਕੋਈ ਕਿਸੇ ਕਾਸਟ ਦਾ ਕੋਈ Hindu Sikh Muslim Isai ਕੋਈ ਵੀ ਆ ਤੁਹਾਨੂੰ ਧਰਮ ਜਾਤ ਰੰਗ ਜਾਂ ਲਿੰਗ ਦੇ ਆਧਾਰ ਤੇ ਜੌਬਸ ਨਹੀਂ ਮਿਲਦੀਆਂ ਤੁਹਾਨੂੰ ਤੁਹਾਡੀ ਕੁਆਲਿਟੀ ਦੇ ਆਧਾਰ ਤੇ ਜੌਬਸ ਮਿਲਦੀਆਂ ਆ ਠੀਕ ਹੈ ਸੋ ਇਹੀ ਸੇਮ ਵਰਡਿੰਗ ਬੱਚੇ ਇੰਗਲਿਸ਼ మీడియం ਦੇ ਵਿੱਚ ਆ ਤੋ ਤੁਸੀਂ ਇਸੇ ਤਰ੍ਹਾਂ ਨਾ ਪੁਆਇੰਟਸ ਬਣਾ ਕੇ ਲਿਖੂਗੇ ਤਾਂ ਜ਼ਿਆਦਾ ਬੈਟਰ ਹੈ ਤੁਹਾਨੂੰ 5 ਚੋਂ 5 ਮਾਰਕਸ ਮਿਲਣ ਦੇ ਚਾਂਸਸ ਪੂਰੇ ਪੂਰੇ ਹੁੰਦੇ ਆ ਔਰ ਮੀਡੀਅਮ ਦੀ ਰਹੀ ਗੱਲ ਬੱਚੇ ਤੁਸੀਂ ਆਪਣੇ ਮੇਨ ਸਬਜੈਕਟ ਜਿਦਾਂ ਕਿ ਸਾਇੰਸ ਵਾਲੇ ਬੱਚੇ ਆ ਉਹਨਾਂ ਦਾ ਮੇਨ ਸਬਜੈਕਟ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਔਰ ਮੈਥ ਸਾ ਸਿਮਿਲਰਲੀ ਇਕਨੋਮ ਜਿਹੜੇ ਕਮਰਸ ਵਾਲੇ ਬੱਚੇ ਆ ਉਹਨਾਂ ਦਾ ਅਕਾਊਂਟਸ ਬਿਜ਼ਨਸ ਸਟੱਡੀ ਠੀਕ ਹੈ ਈ ਬਿਜ਼ਨਸ ਇਹ ਉਹਨਾਂ ਦੇ ਮੇਨ ਸਬਜੈਕਟ ਆ ਸਿਮਿਲਰਲੀ ਆਰਟਸ ਵਿੱਚ ਤਾਂ ਬਹੁਤ ਸਾਰੇ ਸਬਜੈਕਟ ਹੁੰਦੇ ਆ ਸੋ ਬੇਸਿਕਲੀ ਤਿੰਨ ਤੁਹਾਡੇ ਮੇਨ ਸਬਜੈਕਟ ਹੁੰਦੇ ਉਹਨਾਂ ਨੂੰ ਛੱਡ ਕੇ ਬੱਚੇ ਈਵੀਐਸ ਕੰਪਿਊਟਰ ਸਾਇੰਸ ਤੇ ਵੈਲਕਮ ਲਾਈਫ ਇਹ ਗ੍ਰੇਡਿੰਗ ਸਬਜੈਕਟ ਆ ਸੋ ਇਹਨਾਂ ਦਾ ਮੀਡੀਅਮ ਤੁਸੀਂ ਚੇਂਜ ਕਰ ਸਕਦੇ ਆ ਸਪੈਸ਼ਲੀ ਸਾਇੰਸ ਵਾਲੇ ਸਟੂਡੈਂਟਸ ਦਾ ਕੁਐਸਚਨ ਹੁੰਦਾ ਕਿ ਮੈਮ ਸਾਨੂੰ ਕਿਹਾ ਗਿਆ ਕਿ ਅਸੀਂ ਇੰਗਲਿਸ਼ ਮੀਡੀਅਮ ਹੀ ਰੱਖ ਸਕਦੇ ਆ ਇੰਗਲਿਸ਼ ਮੀਡੀਅਮ ਮੀਨਸ ਤੁਸੀਂ ਫਿਜ਼ਿਕਸ కెਮਿਸਟਰੀ ਬਾਇਓਲੋਜੀ ਜਿਹੜੀ ਆ ਤੁਸੀਂ ਆਪਣੀ ਇੰਗਲਿਸ਼ ਮੀਡੀਅਮ ਦੇ ਵਿੱਚ ਹੀ ਰੱਖੂਗੇ ਬਟ ਤੁਸੀਂ EVS ਪੰਜਾਬੀ ਮੀਡੀਅਮ ਦੇ ਵਿੱਚ ਪੜ ਸਕਦੇ ਆ ਸੋ ਜਿਹੜੇ ਬੱਚੇ ਪੰਜਾਬੀ ਚ ਕੰਫਰਟੇਬਲ ਫੀਲ ਕਰਦੇ ਬੱਚੇ ਉਹ ਪੰਜਾਬੀ ਮੀਡੀਅਮ ਪੜ ਸਕਦੇ ਆ ਸੋ ਇਸ ਕੁਐਸਚਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਜਾਂ ਪ੍ਰੋਬਲਮ ਹੋਵੇ ਬੱਚੇ ਤੁਸੀਂ ਪੁੱਛ ਸਕਦੇ ਆ ਥੈਂਕ ਯੂ ਸੋ ਮੱਚ